ਬਾਹਰ ਦੀ ਲੋੜ ਨਹੀਂ ਗੱਲ ਸੁਣ ਲਓ ਪਹਿਲਾਂ ਦੇਖ ਉਧਰ ਮਾਰੋ ਮਾਰੋ ਹਟ ਜਾ ਬੱਚਿਆਂ ਦੀ ਲੜਾਈ ਨੇ ਖੂਨੀ ਰੂਪ ਧਾਰਿਆ ਹੈ ਤੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ, ਇੱਕ ਦੂਜੇ ਦੇ ਖੂਨ ਦੀਆਂ ਪਿਆਸੀਆਂ ਹੋਈਆਂ ਨੇ ਤੇ ਇੱਕ ਧਿਰ ਨੇ ਦੂਜੀ ਧਿਰ ਦੇ ਉੱਤੇ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਹੈ। ਤਾਂ ਦੱਸ ਦਈਏ ਕਿ ਕਈਆਂ ਦੇ ਸਿਰ ਖੁੱਲੇ ਨੇ ਤੇ ਕਈ ਲੋਕ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਨੇ। ਤਾਂ ਮਾਮਲਾ ਕੁਛ ਇਸ ਤਰ੍ਹਾਂ ਹੈ ਕਿ ਬੱਚੇ ਜੋ ਸੀ ਉਹ ਬਾਈਕ ਦੇ ਉੱਤੇ ਸਕੂਲ ਜਾ ਰਹੇ ਸੀ, ਅਚਾਨਕ ਹੀ ਬਾਈਕ ਉਹਨਾਂ ਦੇ ਵੱਲੋਂ ਤੇਜ਼ ਭਜਾਇਆ ਜਾ ਰਿਹਾ ਸੀ ਤੇ ਉਹਨਾਂ ਨੇ ਸਿੱਧਾ ਹੀ ਜਾ ਕੇ ਇੱਕ ਬਾਈਕ ਦੇ ਵਿੱਚ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਜਿਸ ਬਾਈਕ 'ਚ ਟੱਕਰ ਮਾਰੀ ਉਸਨੇ ਉਹਨਾਂ ਦੀ ਚਾਬੀ ਕੱਢ ਲਈ ਅਤੇ ਕਿਹਾ ਕਿ ਤੁਸੀਂ ਆਪਣੇ ਕਿਸੇ ਵੱਡੇ ਨੂੰ ਭੇਜੋ ਤਾਂ ਜੋ ਉਹਨਾਂ ਨੂੰ ਸਿਖਾਇਆ ਜਾ ਸਕੇ ਕਿ ਆਖਰ ਬੱਚਿਆਂ ਨੂੰ ਬਾਈਕ ਜੋ ਹੈ ਉਹ ਹੌਲੀ ਚਲਾਉਣ ਦੇ ਲਈ ਕਹਿਣ। ਤਾਂ ਜਿਸ ਤੋਂ ਬਾਅਦ ਬੱਚੇ ਜੋ ਨੇ ਉਹ ਘਰ ਜਾ ਕੇ ਝੂਠ ਬੋਲਦੇ ਨੇ, ਉਹਨਾਂ ਦੇ ਵੱਲੋਂ ਆਪਣੇ ਘਰਦਿਆਂ ਨੂੰ ਜਾ ਕੇ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਬਾਈਕ ਜੋ ਹੈ ਉਸ ਬੰਦੇ ਨੇ ਥੱਪੜ ਮਾਰ ਕੇ ਖੋਲਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਗੁੱਸੇ ਦੇ ਵਿੱਚ ਆ ਜਾਂਦੇ ਨੇ ਤੇ ਆਪਣੇ ਨਾਲ ਹੋਰ ਵੀ ਬੰਦਿਆਂ ਨੂੰ ਲਿਆ ਕੇ ਉਹਨਾਂ ਦੇ ਉੱਤੇ ਹਮਲਾ ਕਰ ਦਿੰਦੇ ਨੇ, ਜਿਸ ਦੇ ਵਿੱਚ ਇੱਕ ਧਿਰ ਦੇ ਕਈ ਲੋਕਾਂ ਦੇ ਸਿਰ ਖੁੱਲੇ ਨੇ ਅਤੇ ਦੂਜੀ ਧਿਰ ਦੇ ਵੀ ਕਈ ਲੋਕ ਜ਼ਖਮੀ ਹੋਏ ਨੇ। ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਲਾਠੀ ਡੰਡਿਆਂ ਦੇ ਨਾਲ ਲੈਸ ਹੋਏ ਇਹ ਬੰਦੇ ਸਾਫ਼ ਦਿਖਾਈ ਦੇ ਰਹੇ ਨੇ। ਕਈਆਂ ਦੇ ਸਿਰ ਖੋਲ ਦਿੱਤੇ ਨੇ, ਔਰਤਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਗਿਆ। ਕਈ ਔਰਤਾਂ ਵੀ ਇਸ ਘਟਨਾਕ੍ਰਮ ਦੇ ਵਿੱਚ ਜ਼ਖਮੀ ਹੋਈਆਂ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ ਆਲਮ ਇਹ ਰਿਹਾ ਕਿ ਜਦੋਂ ਇਹਨਾਂ ਦੀ ਪਿੰਡ ਦੇ ਵਿੱਚ ਲੜਾਈ ਹੋਈ ਤਾਂ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਜਾਂਦਾ, ਪਰ ਉੱਥੇ ਜਾ ਕੇ ਵੀ ਦੋਵਾਂ ਦੇ ਪਰਿਵਾਰਕ ਮੈਂਬਰ ਆਮੋ ਸਾਹਮਣੇ ਹੋ ਜਾਂਦੇ ਨੇ। ਮੌਕੇ ਦੇ ਉੱਤੇ ਜੋ ਹਸਪਤਾਲ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਪੁਲਿਸ ਨੂੰ ਬੁਲਾਇਆ ਜਾਂਦਾ ਤਾਂ ਜੋ ਮਾਮਲੇ ਨੂੰ ਸ਼ਾਂਤ ਕੀਤਾ ਜਾ ਸਕੇ। ਤਾਂ ਖਬਰ ਅਬੋਹਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਬੱਚਿਆਂ ਦੀ ਲੜਾਈ ਨੇ ਖੂਨੀ ਰੂਪ ਧਾਰਿਆ ਹੈ।